ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਮਨ ਭਰਿਆ ਹੋਇਆ, ਕਿਉਂਕਿ ਜਦ ਤੋਂ ਇਹ ਖਬਰ ਮੇਰੇ ਕੰਨਾਂ 'ਚ ਪਈ ਹੈ ਤਕਰੀਬਨ 3 ਦਿਨ ਹੋ ਗਏ, ਜਿੱਥੇ ਰਾਤੀ ਸੁੱਤਾ ਨਹੀਂ ਗਿਆ। ਨੀਂਦਰ ਇਸ ਗੱਲੋਂ ਨਹੀਂ ਸੀ ਪੈ ਰਹੀ, ਅਸਲ ਜਿਹੜੀ ਗੱਲ ਹੈ ਕਿ ਬਈ ਇਹਦੇ ਵਿੱਚ ਇਹ ਹਿੱਸੇਦਾਰ ਹੋ ਸਕਦੇ ਸਨ, ਜੇ ਵਿਕ ਜਾਂਦੀ ਤੇ ਇਹਨਾਂ ਦਾ ਵੀ ਚਾਹ ਪਾਣੀ ਹੋ ਜਾਣਾ ਸੀ ਵਿੱਚ। ਮੈਂ ਪਹਿਲੀ ਵਾਰੀ ਵੇਖਿਆ ਵੀ ਇੱਕ ਚੋਰ ਤੇ ਡਾਕੂ ਦੀਆਂ ਅੱਖਾਂ 'ਚ ਅੱਥਰੂ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰ ਹਰਮੀਤ ਸਿੰਘ ਕਾਲਕਾ ਨੇ ਬੜੇ ਭੱਦੇ ਸ਼ਬਦਾਂ ਦੇ ਵਿੱਚ ਸ਼ਬਦਾਵਲੀ ਵਰਤ ਕੇ ਦਾਸ ਦੇ ਮੁਤਲਕ ਕੁਝ ਗੱਲਾਂ ਕਹੀਆਂ। ਮੈਂ ਵੈਸੇ ਵੀ ਆਪਣਾ ਸੁਭਾਅ 'ਚ ਤਬਦੀਲੀ ਕਰਕੇ ਮੈਂ ਕਦੇ ਕਿਸੇ ਦਾ ਬਾਰੇ ਮੈਂ ਗੱਲ ਕਰਦਾ ਨਹੀਂ, ਪਰ ਜੇ ਕੋਈ ਮੇਰੇ ਬਾਰੇ ਗੱਲ ਕਰੇ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ। ਗੱਲ ਕੁ ਹਫ਼ਤੇ ਭਰ ਪਹਿਲੇ ਦੀ ਹੈ। ਨਵੀਨ ਸ਼ਾਹ ਦਰਾ ਵਿੱਚ ਸਰਦਾਰ ਮਹਿੰਦਰ ਸਿੰਘ ਜੀ ਨੇ ਉਹਨਾਂ ਦਾ ਮੈਂ ਟੈਲੀਫੋਨ ਆਉਂਦਾ ਹੈ ਬਈ ਸਰਨਾ ਸਾਹਿਬ ਬੜਾ ਅਨਰਥ ਹੋਣ ਵਾਲਾ ਹੈ। ਜਿਸ ਜਗ੍ਹਾ 'ਤੇ ਬਾਬਾ ਗੁਰਬੰਦ ਸਿੰਘ ਜੀ ਦਾ ਸੰਸਕਾਰ ਹੋਇਆ ਸੀ ਉਹ ਜਗ੍ਹਾ ਜਿਹੜੀ ਹੈਗੀ ਇੱਕ ਹਿੱਸਾ ਉਹਨੂੰ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਹ ਸ਼ਾਹਦਰਾ 'ਤੇ ਜਮਨਾ ਪਾਰ ਜਗ੍ਹਾ ਹੈਗੀ ਗੁਰੂ ਕੇ ਬਾਗ। ਮੈਂ ਇਹ ਵੀ ਇੱਥੇ ਦੱਸ ਦੇਣੀ ਚਾਹੁੰਦਾ ਇਹ ਜਗ੍ਹਾ ਸਰਦਾਰ ਰਣਵੀਰ ਸਿੰਘ ਜੀ ਕਵਾੜੀਏ ਨੇ ਬਾਬਾ ਹਰਬੰਸ ਸਿੰਘ ਨੂੰ ਦਾਨ ਦੇ ਵਿੱਚ ਦਿੱਤੀ ਹੈ। ਇਹ ਕੁਛ 6-7 ਏਕੜ ਦੇ ਕਰੀਬ ਜਗ੍ਹਾ ਹੈ, ਵੱਧ ਘੱਟ ਹੋ ਸਕਦੀ ਹੈ, ਮੈਂ ਨਾਪੀ ਤੇ ਨਹੀਂ। ਉਹ ਜਗ੍ਹਾ ਅੱਜ ਦੀ ਤਰੀਕ ਦੇ ਵਿੱਚ ਅਰਬਾਂ ਖਰਬਾਂ ਰੁਪਇਆਂ ਦੀ ਜਗ੍ਹਾ ਹੈ ਔਰ ਇਹ ਜਗ੍ਹਾ ਜਿਹੜੀ ਇਹ ਵੇਚੀ ਜਾ ਰਹੀ ਹੈ। ਮੈਂ ਕਿਹਾ ਬੜਾ ਮਾੜਾ ਕੰਮ ਹੈਗਾ। ਮੈਨੂੰ ਬਾਬਾ ਬਚਨ ਸਿੰਘ ਹੋਰਾਂ ਦਾ ਨੰਬਰ ਨਹੀਂ ਸੀ ਪਤਾ, ਬਾਬਾ ਸੁਰਿੰਦਰ ਹੋਰਾਂ ਦਾ ਨੰਬਰ ਪਤਾ ਸੀ। ਮੈਂ ਉਹਨਾਂ ਨੂੰ ਟੈਲੀਫੋਨ ਕੀਤੀ, ਮੈਂ ਕਿਹਾ ਬਾਬਾ ਜੀ ਇਹ ਕੋਈ ਜਗ੍ਹਾ ਤੁਸੀਂ ਵੇਚਣੀ ਕੀਤੀ ਹੈਗੀ ਗੁਰੂ ਕੇ ਬਾਗ ਵਾਲੇ? ਮੈਨੂੰ ਬਾਬਾ ਸੁਰਿੰਦਰ ਸਿੰਘ ਜਵਾਬ ਦਿੰਦਾ ਹੈ ਇਹ ਜਗ੍ਹਾ ਗੰਦੀ ਬੜੀ ਹੈ ਜੀ, ਉੱਥੇ ਬੜਾ ਗੰਦ ਪਿਆ ਹੋਇਆ। ਮੈਂ ਕਿਹਾ ਬਾਬਾ ਜੀ ਮੈਂ ਤਾਂ ਸਿਰਫ ਇਹ ਪੁੱਛਿਆ ਵੀ ਤੁਸੀਂ ਇਹ ਵੇਚਣੀ ਕੀਤੀ ਹੈ? ਬਾਬਾ ਸੁਰਿੰਦਰ ਸਿੰਘ ਕਹਿੰਦੇ ਹਾਂ ਜੀ। ਮੈਂ ਕਿਹਾ ਬੜਾ ਗਲਤ ਕੰਮ ਕੀਤਾ, ਜਿਸ ਕੋਲੋਂ ਵੀ ਤੁਸੀਂ ਐਡਵਾਂਸ ਪਕੜਿਆ ਇਹ ਉਹਨੂੰ ਰਕਮ ਵਾਪਸ ਕਰ ਦਿਓ। ਜਿਹੜੀ ਤੁਹਾਡੀ ਸੰਸਥਾ ਹੈਗੀ ਬਾਬਾ ਹਰਬੰਸ ਸਿੰਘ ਹੋਰਾਂ ਦੀ ਚਲਾਈ ਹੋਈ ਕਾਰ ਸੇਵਾ ਦੀ ਸੰਸਥਾ ਹੈ, ਇਸ ਨੂੰ ਬੜਾ ਵੱਡਾ ਇੱਕ ਦਾਗ ਲੱਗ ਜਾਏਗਾ। ਦੂਸਰੀ ਗੱਲ ਇਹ ਵੀ ਇਹ ਜਗ੍ਹਾ ਤੁਸੀਂ ਖਰੀਦੀ ਨਹੀਂ ਹੋਈ, ਇਹ ਜਗ੍ਹਾ ਤੁਹਾਨੂੰ ਦਾਨ 'ਚ ਮਿਲੀ ਹੋਈ ਹੈ ਅਤੇ ਦਾਨ ਦੀ ਜਗ੍ਹਾ ਵੇਚੀ ਨਹੀਂ ਜਾ ਸਕਦੀ, ਨਾ ਇਖਲਾਕਨ ਅਤੇ ਨਾ ਕਾਨੂੰਨ ਦੋਨਾਂ ਮਿਹਰਬਾਨੀ ਕਰਕੇ ਇਸ ਨੂੰ ਤੁਸੀਂ ਜੋ ਕੁਝ ਹੈ ਇੱਥੇ ਟੱਪ ਦਿਓ। ਉਹਨਾਂ ਕਿਹਾ ਅੱਛਾ ਜੀ। ਇੰਨੀ ਦੇਰ ਵੱਡੇ ਸਰਨਾ ਸਾਹਿਬ ਨੂੰ ਗੱਲ ਪਤਾ ਲੱਗੀ, ਉਹਨਾਂ ਨੇ ਬਾਬਾ ਬਚਨ ਸਿੰਘ ਹੋਰਾਂ ਨੂੰ ਟੈਲੀਫੋਨ ਕੀਤੀ। ਬਾਬਾ ਬਚਨ ਸਿੰਘ ਹੋਰਾਂ ਕਿਹਾ ਜੀ ਨਹੀਂ
ਐਸੀ ਕੋਈ ਗੱਲ ਨਹੀਂ ਹੈ ਕਿ ਸਰ ਮਹਿੰਦਰ ਸਿੰਘ ਹੋਰੀ ਜਮੁਨਾ ਪਾਰ ਦੇ ਕੋਰ ਗੁਰਮੁਖ ਪਿਆਰੇ ਸਰਦਾਰ ਗੁਰਬਚਨ ਸਿੰਘ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਫੁਹਾਰੇ ਵਾਲੀ ਜਗ੍ਹਾ ਜਿਹੜੀ ਅੱਜ ਸਿੱਖ ਪੰਥ ਨੂੰ ਮਿਲੀ ਹੈ, ਭਾਈ ਮਤੀ ਦਾਸ ਚੌਂਕ ਦੀ, ਉਹਨਾਂ ਦੇ ਵੀ ਉਹ ਬੰਦੇ ਵੀ 25 ਬੰਦੇ ਲੈ ਕੇ ਬਾਬਾ ਬਚਨ ਸਿੰਘ ਹੋਰਾਂ ਕੋਲ ਗਏ ਔਰ ਉਹਨਾਂ ਨੇ ਬਾਬਾ ਜੀ ਨੇ ਬੇਨਤੀ ਕੀਤੀ ਵੀ ਬਾਬਾ ਜੀ ਇਹ ਜਗ੍ਹਾ ਜਿਹੜੀ ਹੈ ਇਹ ਪੰਥ ਦੀ ਇਮਾਨਤ ਹੈਗੀ ਅਤੇ ਇਹ ਨਹੀਂ ਵੇਚੀ ਜਾ ਸਕਦੀ। ਬਾਬਾ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਕਿਹਾ ਜੀ ਜਿਹੜੀ ਗੱਲ ਸੰਗਤ ਨਹੀਂ ਚਾਹੁੰਦੀ ਉਹ ਕਦੀ ਵੀ ਨਹੀਂ ਹੋਏਗੀ। ਤਾਂ ਗੱਲ ਜਿਹੜੀ ਹੈ ਖਤਮ ਹੋ ਗਈ, ਕੋਈ ਇਸ ਗੱਲ ਨਹੀਂ। ਕੋਈ 3 ਦਿਨ 4 ਦਿਨ ਪਹਿਲਾਂ ਦਿੱਲੀ ਕਮੇਟੀ ਦੇ ਮੈਂਬਰ NKP ਜੀ ਉਹਨਾਂ ਦੀ ਮਦਰ ਦੀ ਡੈਥ 'ਤੇ ਮੈਨੂੰ ਸੰਸਕਾਰ ਦੇ ਬਾਬਿਆਂ ਦੇ ਚੇਲਾ ਇੱਕ ਮਿਲਿਆ ਮੈਨੂੰ, ਕਹਿੰਦਾ ਮੈਂ ਸਰਨਾ ਸਾਹਿਬ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਹੈ ਕਿ ਇਸ ਸੌਦੇ ਬਾਰੇ ਬਾਬਾ ਜੀ ਨੂੰ ਪਤਾ ਸੀ? ਮੈਂ ਕਿਹਾ ਗੱਲ ਇਹ ਹੈਗੀ ਜੀ ਮੇਰਾ ਦਿਲ ਮੰਨਦਾ ਨਹੀਂ ਹੈਗਾ ਵੀ ਬਾਬਾ ਜੀ ਦੇ ਇਲਮ ਵਿੱਚ ਹੈ ਕੀ ਗੱਲ, ਪਰ ਜੇ ਇਲਮ ਵਿੱਚ ਹੈ ਤਾਂ ਵੀ ਮਾੜੀ ਗੱਲ ਹੈ, ਜੇ ਇਲਮ ਵਿੱਚ ਨਹੀਂ ਹੈਗੀ ਤਾਂ ਵੀ ਮੈਂ ਸਮਝਦਾ ਡੇਰੇ ਦੀ ਜ਼ਿੰਮੇਵਾਰੀ ਉਹਨਾਂ ਉੱਪਰ ਹੈਗੀ। ਅਤੇ ਇਸ ਤਰ੍ਹਾਂ ਕਰਨ ਦੇ ਨਾਲ ਸੰਗਤਾਂ ਦੇ ਵਿੱਚ ਜਿਹੜਾ ਹੈਗਾ ਇੱਕ ਬੇਵਿਸ਼ਵਾਸੀ ਪੈਦਾ ਹੋ ਜਾਏਗੀ ਇਸ ਡੇਰੇ ਬਾਰੇ, ਇਹ ਕੰਮ ਨਹੀਂ ਹੋਣਾ ਚਾਹੀਦਾ। ਮੈਨੂੰ ਇਸ ਤੋਂ ਬਾਅਦ ਸਮਝ ਨਹੀਂ ਆਈ ਵੀ ਹਰਮੀਤ ਸਿੰਘ ਨੂੰ ਕਿਹੜੀ ਗੱਲੋਂ ਨੀਂਦਰ ਨਹੀਂ ਆਈ। ਔਰ ਮੈਂ ਯਕੀਨ ਜਾਣੋ ਸਤਸੰਗ ਜੀ 75 ਸਾਲ ਦੀ ਉਮਰ ਦੇ ਕੀ ਮੇਰੀ, ਮੈਂ ਪਹਿਲੀ ਵਾਰੀ ਵੇਖਿਆ ਵੀ ਇੱਕ ਚੋਰ ਅਤੇ ਡਾਕੂ ਦੀਆਂ ਅੱਖਾਂ 'ਚ ਅੱਥਰੂ ਆ ਗਏ ਬਕੌਲ ਹਰਮੀਤ ਸਿੰਘ, ਜਿਨ੍ਹਾਂ ਨੇ ਸਾਰਾ ਗੁਰਦੁਆਰਾ ਲੁੱਟ ਲਿਆ, ਸਾਰੇ ਸਕੂਲ ਲੁੱਟ ਲਏ, 0 ਅਕਾਊਂਟ ਕਰਤਾ ਹੈ ਜੀ, ਅੱਜ ਕਰਜ਼ਦਾਰ ਬਣਾ ਤਾ ਦਿੱਲੀ ਕਮੇਟੀ ਨੂੰ, ਔਰ ਆਪਣੇ ਇਖਲਾਕ ਦੇ ਉਲਟ ਜਾ ਕੇ ਆਪਣੀ ਪਾਰਟੀ ਨੂੰ ਵੇਚ ਆਏ ਜਾ ਕੇ। ਜੋ ਕੰਮ ਤੇਜਾ ਸਿੰਘ ਲਾਲ ਸਿੰਘ ਨੇ ਕੀਤਾ ਸੀ ਸਭਰਾਵਾਂ ਦੀ ਲੜਾਈ ਦੇ ਵਿੱਚ, ਉਹ ਕੰਮ ਹਰਮੀਤ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ ਉਹ ਸੌਂਪਣ, ਸਰਕਾਰ ਦੇ ਹੱਥਾਂ 'ਚ ਸੌਂਪਣ ਦੇ ਸਭ ਤੋਂ ਵੱਡਾ ਰੋਲ ਹਰਮੀਤ ਸਿੰਘ ਕਰਕੇ ਦਾ। ਇਹ ਝਾਤੀ 'ਤੇ ਮਾਰੇ, ਇਹਨੂੰ ਕਿਹੜੀ ਗੱਲ ਤੋਂ ਨੀਂਦਰ ਇਸ ਗੱਲੋਂ ਨਹੀਂ ਸੀ ਪੈ ਰਹੀ? ਅਸਲ ਜਿਹੜੀ ਗੱਲ ਹੈ ਕਿ ਬਈ ਇਹਦੇ ਵਿੱਚ ਇਹ ਹਿੱਸੇਦਾਰ ਹੋ ਸਕਦੇ ਸਨ, ਜੇ ਵਿਕ ਜਾਂਦੀ ਤਾਂ ਇਹਨਾਂ ਦਾ ਵੀ ਚਾਹ ਪਾਣੀ ਹੋ ਜਾਣਾ ਸੀ ਵਿੱਚ, ਇੱਕ ਤੋਂ ਤਾਂ ਸ਼ਾਦ ਜੰਮੇ ਨੇ। ਪਹਿਲੀ ਗੱਲ ਤਾਂ ਹੈਗੀ ਸੀ ਕਿਸੇ ਦਲਾਲ ਦਾ ਉਹ ਜਗ੍ਹਾ 'ਤੇ ਜਾਣਾ ਗੁਨਾਹ ਹੈਗਾ, ਉਹ ਨਹੀਂ ਜਾ ਸਕਦੇ ਨਾ ਦੇਖ ਸਕਦੇ, ਉਹ ਤਾਂ ਹੀ ਗਏ ਜੇ ਉਹਨਾਂ ਨੂੰ ਇਸ਼ਾਰਾ ਮਿਲਿਆ ਵੀ ਇਹ ਜਗ੍ਹਾ ਵਿਕਣ ਆ ਗਈ ਹੈ। ਇਸ ਦਾ ਸੰਗਤਾਂ ਨੂੰ ਪਤਾ ਲੱਗਾ, ਸੰਗਤਾਂ ਦਾ ਰੋਸ ਹੋਇਆ, ਉਹ ਰੋਸ ਪ੍ਰਗਟ ਉਹਨਾਂ ਨੇ ਬਾਬਾ ਜੀ ਅੱਗੇ ਕੀਤਾ। ਮੈਂ ਬਾਬਾ ਬਚਨ ਸਿੰਘ ਹੋਰਾਂ ਦਾ ਨਿੱਜੀ ਤੌਰ 'ਤੇ ਬੜਾ ਸਤਿਕਾਰ ਕਰਦਾ ਔਰ ਧੰਨਵਾਦ ਕਰਦਾ ਵੀ ਬਾਬਾ ਜੀ ਨੇ ਇਹ ਪਾਪ ਹੋਣ ਤੋਂ ਬਚਾਇਆ ਹੈਗਾ, ਜੇ ਵਿਕ ਜਾਂਦੀ ਤਾਂ ਪਾਪ ਹੋਣਾ ਸੀ, ਬਾਬਾ ਜੀ ਨੇ ਬਚਾਇਆ ਇਸ ਗੱਲ ਨੂੰ ਔਰ ਬੜੇ ਅੱਛੇ ਤਰੀਕੇ ਨਾਲ ਹੈਂਡਲ ਕੀਤਾ। ਮੈਂ ਕਿਹੜੀ ਗੱਲ ਦਾ ਕਿਸ ਨੂੰ ਗਾਲ ਕੱਢਣੀ ਹੈ, ਮੇਰਾ ਕੀ ਮਤਲਬ ਹੈਗਾ?
ਹੈਂ ਆਜਾ ਸਵੇਰੇ ਗੁਰਦੁਆਰਾ ਸੀਸਗੰਜ ਦਰਗਾਹ ਦੇ ਉੱਪਰ ਅਰਦਾਸ ਕਰ। ਮੈਂ ਵੀ ਅਰਦਾਸ ਕਰਦਾ ਸੱਚੇ ਪਾਤਸ਼ਾਹ, ਮੈਂ ਨਹੀਂ ਗਾਲ ਕੱਢੀ, ਤੂੰ ਕਹਿ ਕੱਢੀ ਹੈ, ਜਿਸ ਕੱਢੀ ਹੋਵੇ ਉਹਦਾ ਮਹਾਰਾਜ ਸਦਾ ਵਾਸਤੇ ਭੁੱਖ ਪਾ ਦੇਵੇ ਜਿਹੜਾ ਝੂਠ ਬੋਲਿਆ। ਹੈ ਹੀ ਮਤੇ ਗੱਲ ਕਰਨ ਦੀ, ਜੇ ਹਿੰਮਤ ਹੈ ਹੀ ਸਵੇਰੇ ਆ ਜਾ, ਮੈਂ ਆਉਣ ਨੂੰ ਤਿਆਰ ਹਾਂ। ਹਰਮੀਤ ਸਿੰਘ ਗੱਲ ਸੋਚ ਸਮਝ ਕੇ ਮੂੰਹ ਕੱਢ, ਔਰ ਮੈਂ ਵਾਰਨ ਕਰ ਰਿਹਾ 48 ਘੰਟੇ ਦੇ ਵਿੱਚ ਆਪਣੇ ਲਫਜ਼ ਇਹ ਬਾਈਟ ਵਾਪਸ ਲੈ ਲੈ, ਨਹੀਂ ਤੇ ਕ੍ਰਿਮੀਨਲ ਡੈਫੇਮੇਸ਼ਨ ਦਾ ਕੇਸ ਮੇਰੇ ਵੱਲੋਂ ਤੇਰੇ ਉੱਪਰ ਪਏਗਾ ਹੀ ਪਏਗਾ, ਉਹਦੀ ਤੂੰ ਤਿਆਰੀ ਕਰ ਲੈ। ਤੁਸੀਂ ਅੱਤ ਚੁੱਕੀ ਹੋਈ ਹੈ, ਪਰ ਹੁਣ ਅੱਤ ਚੁੱਕਣ ਦੀ ਤੁਸੀਂ ਇਤੀ ਕਰ ਲਈ ਹੈ, ਅੱਤ ਚੁੱਕਣ ਦੀ ਤੁਸੀਂ ਇਤੀ ਕਰ ਲਈ ਹੈ। ਹਰ ਕਿਸੇ ਸ਼ਹਿਰੀ ਦਾ, ਸ਼ਰੀਫ ਸ਼ਹਿਰੀ ਦਾ ਤੁਸੀਂ ਇੱਜ਼ਤ ਲਾਉਣ ਦੇ ਵਿੱਚ ਇੱਕ ਮਿੰਟ ਨਹੀਂ ਲਾਉਂਦੇ ਹੋ। ਮੈਨੂੰ ਕਿਸੇ ਦਾ ਇਤਨਾ ਅਫਸੋਸ ਨਹੀਂ। ਹਾਂਜੀ, ਤੂੰ ਸਾਨੂੰ ਜਾਣਦਾ ਨਹੀਂ ਹੈ, ਤੇਰੀ ਘਰਵਾਲੀ ਕਹੇਗੀ ਇਹ ਗੱਲ ਜੋ ਉਹਦੀ ਪ੍ਰੋੜਤਾ ਕਰੇਗੀ ਜਿਹੜੀ ਤੂੰ ਗੱਲ ਕਰ ਰਿਹਾ, ਤੇਰੀ ਘਰਵਾਲੀ ਵੀ ਪ੍ਰੋੜਤਾ ਨਹੀਂ ਕਰੇਗੀ। ਕੁਝ ਸ਼ਰਮ ਯਾਦ ਬੱਚੀ ਹੈ, ਮਾਫ਼ੀ ਮੰਗਦਿਆਂ ਕੁਝ ਘਟਦਾ ਨਹੀਂ ਵੱਧਦਾ। ਜੀ ਮੇਰੇ ਕੋਲ ਗਲਤੀ ਹੋਈ ਹੈ, ਨਹੀਂ ਮੰਗਣੀ ਤੇ ਮਾਫ਼ੀ ਮੰਗਾਉਣੀ ਮੈਂ ਆਉਂਦੀ ਹੈ। ਬੜੇ ਅੱਛੇ ਤਰੀਕੇ ਦੇ ਨਾਲ ਇਹਦਾ ਮਾਕੂਲ ਜਵਾਬ ਜਿਹੜਾ ਦਿੱਤਾ ਜਾਏਗਾ। ਸੰਗਤਾਂ ਦੀ ਜੋ ਰਿਕਾਰਡਿੰਗ ਹੈਗੀ ਉਹ ਵੀ ਦੇ ਨਾਲ ਤੁਹਾਨੂੰ ਸੁਣਨ ਨੂੰ ਮਿਲ ਜਾਏਗੀ, ਉਸ ਤੋਂ ਪਤਾ ਲੱਗੇਗਾ ਸੱਚਾ ਕੌਣ ਹੈ ਅਤੇ ਝੂਠਾ ਕੌਣ ਹੈ। ਇਸ ਦੀਆਂ ਗੱਲਾਂ ਇਹ ਜੇ ਗੁਰਬਾ ਮਸਕੀਨ, ਇਹ ਜੇ ਝੂਠੇ ਮਕਾਰ ਗੁਰਦੁਆਰੇ ਲੁੱਟਣ ਵਾਲੇ, ਸਕੂਲ ਦਾ ਸਕੂਲਾਂ ਨੂੰ ਤਬਾਹ ਕਰਨ ਵਾਲੇ, ਗੁਰੂ ਦੀਆਂ ਗੋਲਕਾਂ ਖਾਣ ਵਾਲੇ, ਤੂੰ ਆਪਣੇ ਬਾਸ ਕੋਲ ਜਿਸ ਨਾਲ ਤੂੰ ਲੱਗਾ ਹੋਇਆ ਤੂੰ ਉਸ ਕੋਲ ਇਹੀ ਕੁਝ ਹੀ ਸਿੱਖਣਾ, ਜਿਸ ਨਾਲ ਤੂੰ ਲੱਗਾ ਹੋਇਆ ਨਾ ਉਸ ਕੋਲ ਤੂੰ ਇਹੀ ਕੁਝ ਸਿੱਖਣਾ, ਤੇਰਾ ਕਸੂਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਨਹੀਂ ਹੁਣ ਅਰਦਾਸ ਕਰਦਾ, ਕਿਉਂਕਿ ਹੁਣ ਤੇਰੀ ਜਿਹੜੀ ਨਾਂਵ ਹੈਗੀ ਉਹ ਆਪਣੇ ਆਪ ਹੀ ਝਕੋਲੇ ਖਾਂਦੀ, ਜਿੱਥੇ ਜਾਏਗੀ ਉਹ ਚਲੀ ਜਾਏਗੀ। ਪਰ ਜਿਹੜੀ ਤੇਰੀ ਨਾਂਵ ਦਾ ਮੁਕਾਮ ਹੈਗਾ, ਉਹ ਮੁਕਾਮ ਦਾ ਗਿਆਨ ਮੈਨੂੰ ਪੂਰੀ ਤਰ੍ਹਾਂ ਹੈਗਾ। ਇਹਨਾਂ ਸ਼ਬਦਾਂ ਨਾਲ ਸੰਗਤ ਪਾਸੋਂ ਖਿਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।